ਦੁਖੀਆਂ ਦੀ ਈਦ ਹੋ ਜਾਵੇਗੀ। ਉਹ ਜਿੰਨੇ ਤੱਕਿਆ ਉਹ ਫੈਜ਼ ਆਲਮ ਨੂੰ, ਉਹਨੂੰ ਰੱਬ ਦੀ ਈਦ ਹੋ ਜਾਵੇ। ਮਹੀਨਾ ਪਹਿਲਾਂ ਇਹ ਮੇਲਾ ਕਰਵਾਇਆ ਜਾਵੇਗਾ। ਜੇ ਮਾਲਕ ਦੀ ਅਪਾਰ ਕਿਰਪਾ ਰਹੀ, ਮੈਂ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ ਕਰਦਾ। ਮੈਂ ਦੋਨਾਂ ਪਾਸਿਆਂ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਐਂਗਲ 'ਤੇ ਲਿਆ ਕੇ ਮੇਲਾ ਕੀਤਾ ਜਾਵੇ, ਪਰ ਕੁਛ ਬੰਦੇ ਜੋ ਕਿ ਇਸ ਚੀਜ਼ ਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਸਕੇ ਅਤੇ ਮੇਲਾ ਇੱਕ ਨਹੀਂ ਹੋਣਾ, ਇਹ ਮੇਲਾ ਇੱਕ ਨਹੀਂ ਹੋਣਾ, ਮੇਲੇ ਦੋ ਹੀ ਚੱਲਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਮਾਲਕ ਦੀ ਕਿਰਪਾ ਹੋਈ ਅਤੇ ਸਟੇਜ ਦੇ ਖੱਬੇ ਪਾਸੇ ਇੱਕ ਹਾਲ ਦੀ ਉਸਾਰੀ ਕੀਤੀ ਜਾਵੇਗੀ, ਜੋ ਕਿ ਕਿਸੇ ਨੂੰ ਵੀ ਕੋਈ ਅੜਚਣ ਨਾ ਆਵੇ। ਜਿਸ ਤਰ੍ਹਾਂ ਬੱਸਾਂ ਵਿੱਚ ਅਸੀਂ ਖੰਡ ਪਾਠ ਰੱਖਦੇ ਹਾਂ, ਉਹ ਨਵਾਂ ਹਾਲ ਬਣਾ ਕੇ ਉਸਦੇ ਵਿੱਚ ਅਖੰਡ ਪਾਠ ਰੱਖੇ ਜਾਣਗੇ। ਜੋ ਅਗਲਾ ਮੇਲਾ ਆਵੇਗਾ, ਅੱਜ ਦੀ ਤਰੀਕ ਤੋਂ ਇੱਕ ਮਹੀਨਾ ਪਹਿਲਾਂ ਉਹ ਮੇਲਾ ਕਰਵਾਇਆ ਜਾਵੇਗਾ। ਲੱਖ ਵਧਾਈ ਹੋਵੇ। ਸੋ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਸਟੇਜ 'ਤੇ ਹਾਜ਼ਰੀ ਲਾਉਣ ਜਾ ਰਹੀ ਹਾਂ, ਮੇਰੇ ਵੱਡੇ ਵੀ ਰੂਪਲਾਲ ਧੀਰ ਜੀ, ਮੇਰੇ ਬਾਈ ਜੀ ਦਦਰਾਲ ਜੀ, ਇਹਨਾਂ ਦੀ ਬਦੌਲਤ ਅੱਜ ਇਸ ਨਗਰ ਦੇ ਵਿੱਚ ਹਾਜ਼ਰੀ ਲਾਉਣ ਜਾ ਰਹੀ ਹਾਂ। ਪਹਿਲੀ ਵਾਰੀ ਮੈਂ ਆਈ ਹਾਂ, ਹੋਰ ਆਲੇ ਦੁਆਲੇ ਮੈਂ ਬਹੁਤ ਪ੍ਰੋਗਰਾਮ ਲਾਇਆ, ਅੱਜ ਮੈਂ ਪਹਿਲੀ ਵਾਰੀ ਆਈ ਹਾਂ ਤਾਂ ਸ਼ੁਕਰਗੁਜ਼ਾਰ। ਇੱਕ ਵਾਰੀ ਜ਼ੋਰਦਾਰ ਤਾਲੀ ਲਾਓ। ਪੀਰ ਨਿਗਾਹ ਦਾ ਮੇਲਾ ਸੁਣਾਈਏ ਤਾਂ ਜਿਹੜਾ ਮੇਲਾ ਲਿਖਿਆ ਉਹ ਵੀ ਰਾਈਟਰ ਆਪਣੇ ਪਾਸ ਹੀ ਆ ਕਿ ਜਿਨ੍ਹਾਂ ਦਾ ਸਾਊਂਡ ਲੱਖਾਂ ਹਜ਼ਾਰਾਂ ਕਰੋੜਾਂ ਦੁਨੀਆਂ ਦੇ ਕੰਨਾਂ ਤੱਕ ਪਹੁੰਚਾਉਂਦੀ ਹੈ। ਮੇਰਾ ਵੀਰ ਸਾਊਂਡ ਸਰਬਸਦਾਰਾ ਜੀ, ਇੱਕ ਵਾਰੀ ਜ਼ੋਰਦਾਰ ਤਾਲੀ। ਸਾਡੇ ਵੀਰ ਜੀ ਰੂਪਲਾਲ ਧੀਰ ਜੀ ਜੋ ਕਿ ਸਰਪੰਚ ਸਾਹਿਬ ਬਣੇ, ਉਹਨਾਂ ਦੇ ਨਾਂ ਦੀ ਇੱਕ ਵਾਰੀ ਤਾਲੀ ਲਾ ਦਿਓ ਜ਼ੋਰਦਾਰ। ਮੇਲਾ ਸ਼ੁਰੂ ਕਰੀ। ਹਾਂਜੀ,
ਦੀਆਂ ਟੀਮਾਂ ਜਰਮਨ ਤੋਂ ਇੱਥੇ ਪਹੁੰਚੀਆਂ ਨੇ, ਜੋ ਇੱਕ ਮੂਵੀ ਬਣ ਰਹੀ ਆ, ਇੱਕ ਤਾਂ ਲਾਈਵ ਚੱਲ ਰਹੀ ਆ, ਦੂਸਰੀ ਮੂਵੀ ਜਰਮਨ ਤੋਂ ਇੱਥੇ ਪਹੁੰਚੇ ਨੇ, ਜੋ ਕਿ ਤੁਹਾਡੇ ਵੱਖ ਵੱਖ ਚੈਨਲਾਂ ਤੋਂ ਮੀਡੀਆ ਪੰਜਾਬ ਇਹ ਦਿਖਾਉਣਗੇ। ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਤੁਹਾਡੇ ਇੱਥੇ ਬੈਠਿਆਂ ਦਾ ਸਾਰੇ ਵਰਲਡ ਵਿੱਚ ਇਹ ਮੂਵੀ ਘੁੰਮੇਗੀ। ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ। ਬਾਕੀ ਦੀਆਂ
जी के दरबार से पीर के दरबार से जिनी भी संगत आई है इस सलाना जोड़ मेले से बहुत बहुत मुबारक। इस मेले की जिन्हें भी प्रबंधक कमेटी है पंचायत सबनों बहुत बहुत मुबारक। एक बार बाबा जी के नाम से जोरदार ताड़ियां मार दे ता जो रब होर ही वरस जाए अच्छे रात में वरस। कहते ने कोई भी काम शुरू करना हो सब तो पहला उस परमात्मा नु उस अल्लाह नु उस वाहेगुरु नु याद करना बहुत जरूरी बनता है। उस तो बाद जिवें तुसी तुहाडियां फरमाइशां होंगियां पूरियां करके जावांगे। प्रोग्राम की शुरुआत एक धार्मिक गीत नाल जप ले गुरां दा नाम जिंदड़िए जप ले। साडे बाबा जी इधर पूरी मस्ती विच है मस्त एहो जिहे हुंदे ने। बाबा जी दे नाम दी गवा जोरदार ताड़ियां मार दे पता नहीं केड़ियां रूहां ने। सीनियर आर्टिस्ट साडे बहुत ही रिस्पेक्टेड आर्टिस्ट राज जी जिन्हों की बदौलत अस इस मेले च आए हैं बहुत बहुत शुक्रिया। जप ले गुरा दा नाम जिंदड़िए जप ले गुरा दा नाम सुबह सवेरे शाम जिंदड़िए खूही दे विच डोल बेहद तुला चुकना। इस गीत तो खुश होकर बहुत सारा मानसकार स्पेशल इनाम बड़े दिना तो वेखा तेनो भाभी मान जो बड़े दिना तो वेखा तेनो हाँ जी त्योरा चीज कर दे तेरी कद गल ना मोड़ा
ਵੇ ਕੇ
ਹੁੰਦੀਆਂ ਨੇ ਤੇਰੀਆਂ ਹੈ ਸੱਚ ਸੱਚ ਕਿਤੇ ਚਲੇ ਆਈ ਜਾ ਮੇਰੇ ਨਹੀਂ ਆਈ ਜਾ ਮੇਰੇ ਸਾਰੇ ਮੇਲ ਵਿੱਚ ਗੱਲਾਂ ਹੁੰਦੀਆਂ ਨੇ ਤੇਰੀਆਂ ਸੱਚ ਸੱਚ ਕਿਤੇ ਚਲੇ ਆਈ ਜਾ ਮੇਰੇ ਨਹੀਂ ਆਈ ਜਾ ਮੇਰੇ ਦਿਲ ਭਰ ਤੇਰੇ ਤੋਂ ਬਾਹਰ ਦਿਲ ਭਰ ਤੇਰੇ ਤੋਂ ਬਾਹਰ ਦੁਆਰੀਆ ਮਨੋ ਤੇਰੇ ਵਿੱਚ ਨਾਚ ਕਰਿਆ ਦੁਆਰੀਆ ਮਨੋ ਤੇਰੇ ਵਿੱਚ ਨਾਚ ਕਰਿਆ ਸਾਣੀਏ ਕਦੋਂ ਤੱਕ ਬੱਚੇ ਦੀ ਦੁਆਰੀਆ ਮਨੋ ਤੇਰੇ ਵਿੱਚ ਨਾਚ ਕਰਿਆ ਸਾਣੀਏ ਬੱਚੇ ਨਹੀਂ ਹੈਗੇ ਪਹਿਲੇ 10 ਸਾਲ ਦੇ ਮੋਟਰ ਦਾ ਦਿਲ ਜਿਵੇਂ ਚਾਹੂ ਹੋ ਜਾਏ ਕੋਈ ਗੱਲ ਨਹੀਂ ਦੇਖੀਓ ਇਹਨਾਂ ਨੂੰ ਸਨਮਾਨ ਕਰਨ ਦੇ ਲਈ ਨਿਰਮਲ ਕੌਰ ਧੀਰ ਸਰਪੰਚ ਗ੍ਰਾਮ ਪੰਚਾਇਤ ਪਿੰਡਗੜੀ ਜੀ ਸਿੰਘ ਸੁਰਿੰਦਰ ਕੌਰ ਮੈਂਬਰ ਪੰਚਾਇਤ ਹਰਪਾਲ ਕੌਰ ਵਾਈਫ ਆਫ ਬਹਾਦਰ ਸਿੰਘ ਥਿਆੜਾ ਜੀ ਹਰਪਾਲ ਕੌਰ ਜੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਨਛੱਤਰ ਕੌਰ ਧੀਰ ਵਾਈਫ ਆਫ ਗੋਬਿੰਦ ਸਿੰਘ ਧੀਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਨੀਲਮ ਜੀ ਧਨਰਾਜ ਜੀ ਉਹਨਾਂ ਦਾ ਵਿਸ਼ੇਸ਼ ਸਨਮਾਨ ਆਹ